ਹਾਂਜੀ ਸਤਿ ਸ਼੍ਰੀ ਅਕਾਲ ਜੀ ਦੇਵਿੰਦ ਤੋਂ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਅੱਜ ਦਾ ਜਿਹੜਾ ਬਲੌਗ ਆ ਉਹ ਕਲੀਅਰ ਕਰਨ ਵਾਸਤੇ ਆ ਕਿ ਮੈਨੂੰ ਬਹੁਤ ਮੈਸੇਜ ਆਏ ਸੀ ਵੀਡੀਓਜ਼ ਪਾਈਆਂ ਕਿ ਅਮਰ ਬਾਈ ਦਾ ਵਿਆਹ ਹੋ ਗਿਆ ਅਮਰ ਤੂੰ ਵਿਆਹ ਕਰਾ ਲਿਆ ਦੱਸਿਆ ਨਹੀਂ ਅਮਰ ਤੇਰਾ ਐਂ ਆ ਅਮਰ ਇਹ ਆ ਉਹ ਆ ਸਰਪ੍ਰਾਈਜ਼ ਮਿਲ ਗਿਆ ਸਾਨੂੰ ਸੋ ਇੱਦਾਂ ਦਾ ਕੁਛ ਨਹੀਂ ਹੈਗਾ ਜੀ ਤੇ ਬਾਕੀ ਡਿਟੇਲ ਦੇ ਵਿੱਚ ਵੀਰਾ ਦੱਸੂਗਾ ਕਿ ਗੱਲ ਕੀ ਹੈ ਐਕਚੁਅਲ 'ਚ ਐਕਚੁਅਲ ਦੇ ਵਿੱਚ ਇਹਦਾ ਵਿਆਹ ਨਹੀਂ ਹੋਇਆ ਜੀ ਅਤੇ ਇਹਨੇ ਸਾਨੂੰ ਸੱਦਿਆ ਵੀ ਨਹੀਂ ਅੱਛਾ ਨਹੀਂ ਹੋਇਆ ਨਹੀਂ ਮੇਰਾ ਵਿਆਹ ਹੋ ਗਿਆ ਮੇਰੇ ਘਰਦੇ ਨੂੰ ਨਹੀਂ ਪਤਾ ਹਾਂ ਅਸੀਂ ਮੈਸੇਜ ਪੜ੍ਹੇ ਜਦੋਂ ਤੁਹਾਡੇ ਕਮੈਂਟ ਪੜ੍ਹੇ ਕਿਉਂਕਿ ਇੱਕ ਵੀਡੀਓ ਬਣਾਈ ਅਸੀਂ ਛੋਟੀ ਨੂੰ ਵੱਡੀ ਨੂੰਹ ਵਾਲੀ ਅਤੇ ਉਹਦੇ ਵਿੱਚ ਸਾਨੂੰ ਮੇਰੇ ਖਿਆਲ ਨਾਲ ਮੈਕਸੀਮਮ ਮੈਸੇਜ ਇਹ ਆਏ ਸੀ ਕਿ ਅਮਰ ਦਾ ਵਿਆਹ ਕਰਤਾ ਹਾਏ ਤੁਸੀਂ ਵਿਆਹ ਕਰਾ ਲਿਆ ਹਾਏ ਤੁਸੀਂ ਦੱਸਿਆ ਵੀ ਨਹੀਂ ਪਰ ਇੱਦਾਂ ਦਾ ਕੁਛ ਵੀ ਨਹੀਂ ਹੈਗਾ ਐਕਚੁਅਲ ਦੇ ਵਿੱਚ ਦਿਲ ਨਾ ਤੋੜੋ ਦਿਲ ਨਾ ਤੋੜੋ ਦੇ ਲੱਗਦੇ ਇੱਦਾਂ ਦਾ ਕੁਛ ਨਹੀਂ ਹੈਗਾ ਜੀ ਉਹ ਬਹੁਤ ਪਿਆਰੀ ਬੱਚੀ ਹੈ ਉਹ ਸਾਡੇ ਨਾਲ ਹੀ ਹੈ ਆ ਜਾ ਪੁੱਤ ਹੈਲੋ ਇਹ ਬਹੁਤ ਪਿਆਰੀ ਬੱਚੀ ਹੈ ਜੀ ਇਹ ਐਕਚੁਅਲ 'ਚ ਇਹਨੂੰ ਐਕਟਿੰਗ ਦਾ ਸ਼ੌਂਕ ਹੈ ਅਤੇ ਇਹ ਹਜੇ ਸਿੱਖ ਰਹੀ ਹੈ ਇਹਨੇ ਸਾਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਐਕਟਿੰਗ ਕਰਨਾ ਚਾਹੁੰਦੀ ਹਾਂ ਜੀ ਮੈਂ ਕਿਹਾ ਠੀਕ ਹੈ ਫਿਰ ਮੈਂ ਮਹਿੰਦੋ ਨਾਲ ਗੱਲ ਕੀਤੀ ਮੈਂ ਕਿਹਾ ਵੀ ਦੱਸ ਵੀ ਆਪਾਂ ਕਿੱਦਾਂ ਦੇ ਰੋਲ ਦੇ ਵਿੱਚ ਹੈ ਨਾ ਆਪਾਂ ਕਰੀਏ ਅਤੇ ਫਿਰ ਮੈਨੂੰ ਉਹਨੇ ਕਿਹਾ ਕਹਿੰਦੀ ਵੀ ਇਹਨੂੰ ਆਪਾਂ ਨਾ ਛੋਟੀ ਜਿਹੜੀ ਨੂੰਹ ਹੁੰਦੀ ਆ ਦਰਾਣੀ ਆਪਾਂ ਉਹਦੇ 'ਚ ਲੈਂਦੇ ਹਾਂ ਅਤੇ ਸੋ ਬਹੁਤ ਵਧੀਆ ਕੰਮ ਕਰ ਰਹੀ ਹੈ ਇਹ ਬੱਚੀ ਅਤੇ ਸਿੱਖ ਰਹੀ ਆ ਹਜੇ ਅਤੇ ਹੋਪਫੁਲੀ ਅੱਗੇ ਵੀ ਸਾਡੇ ਨਾਲ ਵੀਡੀਓ ਦੇ ਵਿੱਚ ਆਉਂਦੀ ਰਹੂਗੀ ਤੂੰ ਹਿੱਲੀ ਕਹਿੰਦੇ ਜਾਂਦੀ ਆ ਬਸ ਮੈਂ ਆਪਣੀ ਲਾਈਫ ਚ ਅੱਗੇ ਵਧਣਾ ਚਾਹੁੰਦੀ ਆ ਤੇ ਤੁਸੀਂ ਸਾਰੇ ਮੈਨੂੰ ਸਪੋਰਟ ਕਰਨਾ ਪਲੀਜ਼ ਇਹਨੂੰ ਜਰੂਰ ਸਪੋਰਟ ਕਰਿਓ ਇਹਨੂੰ ਸਪੋਰਟ ਦੀ ਬਹੁਤ ਲੋੜ ਆ ਠੀਕ ਹੈ ਅਤੇ ਤੂੰ ਤਾਂ ਜਿਉਂਦੀ ਰਹਿ ਵੱਸਦੀ ਰਹਿ ਤੂੰ ਰੱਬ ਤੈਨੂੰ ਤਰੱਕੀਆਂ ਦੇਵੇ ਆਪਣਾ ਪਹਿਲਾਂ ਨਾਮ ਦੱਸ ਮੇਰਾ ਨਾਮ ਜਸਲੀਨ ਕੌਰ ਆ ਹਾਂ ਇਹ ਜਸਲੀਨ ਕੌਰ ਹੈ ਜੀ ਅਤੇ ਇਹ ਹਜੇ ਪਲੱਸ ਟੂ ਦੇ ਵਿੱਚ ਸਟੱਡੀ ਕਰਦੀ ਹੈ ਜੀ ਕਰ ਲਈ ਹੈ ਨਾ ਹੁਣ ਇਹ ਹੁਣ ਆਈਲੈਟਸ ਕਰਦੀ ਹੈ ਹੁਣ ਕੈਨੇਡਾ ਦੀ ਤਿਆਰੀ ਆ ਉਹ ਤੋਂ ਬਾਅਦ ਕੈਨੇਡਾ ਦੀ ਤਿਆਰੀ ਹੈ ਜੀ ਅਤੇ ਇਹ ਸਾਡੀ ਬੱਚੀ ਹੈ ਅਤੇ ਬਾਕੀ ਅਮਰ ਹਜੇ ਕੁਆਰਾ ਹੀ ਆ ਇੱਦਾਂ ਦਾ ਕੁਛ ਨਹੀਂ ਆ ਸਿੰਗਲ ਹੀ ਆ ਇਹ ਲੰਡਾ ਲੁੱਚਾ ਹਜੇ ਇਕੱਲਾ ਵੀਰੇ ਜਿਹੜਾ ਸਿੰਗਲ ਹੁੰਦਾ ਉਹਨੂੰ ਕਹਿ ਦਿੰਦੇ ਆ ਕਈ ਘਰ ਨਹੀਂ ਨਹੀਂ ਕਹਿੰਦੇ ਸੋਰੀ ਫਿਰ ਮੇਰੀ ਗਲਤੀ ਆ ਮੈਨੂੰ ਇਹ ਬਹੁਤ ਸਪੋਰਟ ਦੀ ਲੋੜ ਆ ਪਲੀਜ਼ ਮੈਨੂੰ ਸਪੋਰਟ ਕਰਿਓ ਸਾਡੇ ਚੈਨਲ ਨੂੰ ਬਹੁਤ ਸਪੋਰਟ ਦੀ ਲੋੜ ਆ ਤੇ ਜਿੱਦਣ ਹੋਊਗਾ ਉਦਣ ਮੇਰੀ ਫੈਮਿਲੀ ਨੂੰ ਚਲੋ ਕਰਨਾ ਤੁਸੀਂ ਵੀ ਸਾਡੀ ਫੈਮਿਲੀ ਹੋ ਤੁਹਾਨੂੰ ਵੀ ਸਾਰਿਆਂ ਨੂੰ ਪਹਿਲਾਂ ਪਤਾ ਲੱਗੂਗਾ ਹਾਂ ਬਾਕੀ ਜਦੋਂ ਵਿਆਹ ਹੋਊਗਾ ਨਾ ਉਦੋਂ ਰੌਲਾ ਪਾ ਕੇ ਕਰਾਂਗੇ ਇੱਦਾਂ ਦੀ ਗੱਲ ਨਹੀਂ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈ ਨਾ ਬਈ ਬਿਲਕੁਲ ਹਾਂ ਹਰਵਿੰਦਰ ਹੋਰ ਕੁਛ ਕਹਿਣਾ ਚਾਹੁੰਦੀ ਹੋਵੇ ਤੂੰ ਮੈਂ ਸਾਰੇ ਜਣਿਆਂ ਨੂੰ ਇਹੀ ਗੱਲ ਕਹੂੰਗੀ ਵੀ ਜੇ ਅਸੀਂ ਆਪਣੀ ਵੀਡੀਓ ਦੇ ਵਿੱਚ ਕਿਸੇ ਵੀ ਕਰੈਕਟਰ ਨੂੰ ਲੈਂਦੇ ਹਾਂ ਤਾਂ ਇਹ ਨਹੀਂ ਹੈਗਾ ਕਿ ਉਹ ਸਾਡੀ ਜਿਕਣਗੇ ਹੁਣ ਅਸੀਂ ਵੱਡੀ ਨੂੰਹ ਅਤੇ ਛੋਟੀ ਨੂੰਹ ਦੇ ਵਿੱਚ ਦੇਵਰਾਣੀ ਦਾ ਰੋਲ ਇਹਨਾਂ ਤੋਂ ਕਰਵਾਇਆ ਸੋ ਸਾਰਿਆਂ ਨੇ ਮੈਸੇਜ ਕਰਕੇ ਇਹ ਗੱਲ ਕਹੀ ਅਤੇ ਹੈ ਨਾ ਵੀ ਤੁਸੀਂ ਵਿਆਹ ਕਰਵਾ ਲਿਆ ਪਤਾ ਵੀ ਨਹੀਂ ਦਿੱਤਾ ਕੰਗਰੈਚੁਲੇਸ਼ਨ ਹੈ ਨਾ ਇੱਦਾਂ ਦਾ ਨਹੀਂ ਉਹ ਜਸਟ ਇੱਕ ਕਰੈਕਟਰ ਆ ਉਹ ਮਤਲਬ ਸਾਡੀ ਹੈ ਚਲੋ ਬੌਂਡਿੰਗ ਆ ਜੋ ਵੀ ਆ ਬਟ ਇਹ ਨਹੀਂ ਹੈ ਕਿ ਉਹ ਰੀਅਲ ਦੇ ਵਿੱਚ ਦੇਵਰਾਣੀ ਆ ਜਦੋਂ ਮੇਰੀ ਦੇਵਰਾਣੀ ਆਊਗੀ ਤਾਂ ਬਾਜੇ ਗਾਜੇ ਨਾਲ ਆਊਗੀ ਇਕੱਲੀ ਇਕੱਲੀ ਚੀਜ਼ ਦਾ ਵਲੋਗ ਪਾਵਾਂਗੇ ਆਪਾਂ ਇਹ ਜਸਟ ਇੱਕ ਆਪਣਾ ਕਰੈਕਟਰ ਆ ਜਿਹੜਾ ਆਪਾਂ ਇਹਨਾਂ ਨੂੰ ਦਿੱਤਾ ਸੋ ਅੱਗੇ ਵੀ ਜੇ ਅਸੀਂ ਕੋਈ ਵੀ ਛੋਟੀ ਨੂੰਹ ਨੂੰ ਲੈ ਕੇ ਵੀਡੀਓ ਪਾਵਾਂਗੇ ਤਾਂ ਤੁਸੀਂ ਇਹ ਨਹੀਂ ਕਹਿਣਾ ਕੰਗਰੈਚੁਲੇਸ਼ਨ ਅਮਰ ਬਾਈ ਮਾੜਾ ਸਾਡਾ ਇਹ ਵਲੋਗ ਦੇਖ ਲਿਓ ਇਹ ਜਸਟ ਇੱਕ ਉਹ ਕਰੈਕਟਰ ਪਲੇ ਕਰ ਰਹੇ ਨੇਗੇ ਇਸ ਤੋਂ ਬਿਨਾਂ ਕੁਛ ਨਹੀਂ ਅਮਰ ਵੀ ਕੁਆਰਾ ਅਤੇ ਜਸਲੀਨ ਵੀ ਕੁਆਰੀ ਆ ਦੋਨੇ ਜਾਣੇ ਅਨਮੈਰਿਡ ਆ ਬਹੁਤ ਪਿਆਰੀ ਬੱਚੀ ਆ ਬਹੁਤ ਵਧੀਆ ਕਰਦੀ ਆ ਥੋੜ੍ਹੀ ਨਰਵਸ ਰਹਿੰਦੀ ਆ ਹੌਲੀ ਬੋਲਿਆ ਆਪਾਂ ਕੋਈ ਗੱਲ ਨਹੀਂ ਆਏ ਮਹਿੰਦਰ ਵਾਂਗੂ ਗੜਕ ਵਾਂਗੂ ਬੋਲਣ ਲਾ ਦਾਂਗੇ ਬਾਕੀ ਅਸੀਂ ਵਿਆਹੇ ਹੋਏ ਹਾਂ ਜੀ ਇਹ ਸੱਚ ਹੈ ਅਸੀਂ ਵਿਆਹੇ ਹੋਏ ਹਾਂ ਜੀ ਇਹ ਮੇਰੀ ਰੀਅਲ ਵਾਈਫ ਹੈ ਮੈਂ ਇਹਦਾ ਰੀਅਲ ਹਸਬੈਂਡ ਇਹ ਸੱਚ ਹੈ ਇਹਦੇ ਵਿੱਚ ਕੋਈ ਵੀ ਕੁਆਰਾ ਹੈ ਬੰਦਾ ਇਹ ਵੀ ਹਜੇ ਕੁਆਰਾ ਆ ਸੀਸੀ ਪੀਂਦਾ ਦੇਖੀ ਆਰਾਮ ਦੇ ਨਾਲ ਲੱਗਿਆ ਸੀਸੀ ਪੀਂਦਾ ਚਲੋ ਜੀ ਆਪਾਂ ਜਲਦੀ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਨਾਲ ਕਿਉਂਕਿ ਅੱਜ ਵੀ ਅਸੀਂ ਵੀਡੀਓ ਸ਼ੂਟ ਕੀਤੀਆਂ ਨੇਗੀਆਂ ਤੇ ਕਾਫੀ ਵੀਡੀਓ ਸ਼ੂਟ ਹੋਏ ਨੇ ਅੱਜ ਬਾਕੀ ਅਗਲੇ ਵਲੌਗ ਦੇ ਵਿੱਚ ਅਸੀਂ ਹੋਮ ਟੂਰ ਲੈ ਕੇ ਆਵਾਂਗੇ ਕਿਉਂਕਿ ਬਹੁਤ ਜਣੇ ਨੇ ਸਾਨੂੰ ਕਿਹਾ ਵੀ ਹੋਮ ਟੂਰ ਕਰਵਾ ਦਿਓ
हुण असीं सच्ची होम टूर लैके आवांगे, तुसीं देखियो। जद तक लई सत श्री अकाल, जिउंदे रहो, वसदे रहो।